ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰ ਦੀ ਹਤਿਆ ਦੇ ਵਿੱਚ ਸ਼ਾਮਿਲ ਕਿਲਿੰਗ ਗੈਂਗ ਦਾ ਇੱਕ આરોપી ਪਠਾਨਕੋਟ ਪੁਲਿਸ ਨੇ ਸਹਾਰਨਪੁਰ ਵਿਖੇ ਕੀਤਾ ਗ੍ਰਿਫਤਾਰ। ਜ਼ਿਲ੍ਹਾ ਪਠਾਨਕੋਟ ਦੇ ਪਿੰਡ ਥਰਿਆਲ ਵਿਖੇ 20 ਅਗਸਤ 2020 ਨੂੰ ਇੱਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਸਨ ਇਸ ਘਟਨਾ ਤੋਂ ਬਾਅਦ ਕ੍ਰਿਕਟਰ ਸੁਰੇਸ਼ ਰੈਣਾ ਕ੍ਰਿਕਟ ਟੂਰਨਾਮੈਂਟ ਵਿੱਚ ਹੀ ਛੱਡ ਕੇ ਪਠਾਨਕੋਟ ਪੁੱਜੇ ਸਨ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੀ ਅਤੇ ਪੁਲਿਸ ਨੂੰ ਇਸ ਕੇਸ ਨੂੰ ਜਲਦ ਸੁਲਝਾਣ ਅਤੇ આરોપીਆਂ ਨੂੰ ਫੜਨ ਦੀ ਗੋਹਾਰ ਲਗਾਈ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ 8 ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਹੁਣ ਇੱਕ ਸ਼ਖਸ ਸਹਾਰਨਪੁਰ ਤੋਂ ਗ੍ਰਿਫਤਾਰ ਕਰ ਪਠਾਨਕੋਟ ਲਿਆਂਦਾ ਗਿਆ ਹੈ ਜਿਸ ਦਾ ਨਾਮ ਸਾਜਨ ਦੱਸਿਆ ਜਾ ਰਿਹਾ ਹੈ ਇਸ ਲੁੱਟ ਦੀ ਘਟਨਾ ਦੇ ਵਿੱਚ ਕੁੱਲ 15 ਲੋਕ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਹੁਣ ਤੱਕ ਪੁਲਿਸ ਨੇ ਕੁੱਲ 9 ਲੋਕ ਗ੍ਰਿਫਤਾਰ ਕਰ ਲਏ ਹਨ ਅਤੇ 6 આરોપી ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਜਲਦ ਫੜਨ ਦਾ ਆਸ਼ਵਾਸਨ ਪੁਲਿਸ ਵੱਲੋਂ ਦਿੱਤਾ ਜਾ ਰਿਹਾ ਹੈ ਹਾਂਜੀ ਐਫ ਆਈ ਆਰ 253 ਨੰਬਰ ਅਸਦੀ ਅੰਡਰ ਸੈਕਸ਼ਨ 402 407 460 ਇਹ ਹੈ ਬੀ 8 ਬੀਰ ਬੀਨੂ ਬਰਜਸੂ ਕੀਤਾ ਇਹ थाना ਸ਼ਾਪਰਗੰਡੀ ਚ ਇਸ ਵਿੱਚ ਅਸੀਂ ਇੱਕ ਸਾਜਨ ਆ son of ਤੋਤਾ ਜਮਨ ਰੈਜਨਸ ਆਫ ਹਲੰਪੁਰ ਸਹਾਰਨਪੁਰ ਜੁਪੀਤ ਗ੍ਰਫਤਾਰ ਕੀਤਾ ਹੈ ਤੁਹਾਨੂੰ ਇਸ ਨਾਲ ਅਸੀਂ ਟੋਟਲ 9 ਦੋਸ਼ੀ ਗ੍ਰਫਤਾਰ ਕਰ ਲਿਆ ਤੇ ਬਾਕੀ ਦੋਸ਼ੀ ਵੀ ਦੋਸ਼ੀ ਵੀ ਅਸੀਂ ਜਲਦੀ ਗ੍ਰਫਤਾਰ ਕਰ ਲਵਾਂਗੇ ਇਸ ਕੇਸ ਵਿੱਚ ਅਸ਼ੋਕ ਨਾਦੇ ਜਿਹੜੇ ਕੰਟਰੈਕਟਰ ਸੀ ਉਸਦੇ ਫੈਮਿਲੀ 'ਤੇ ਅਟੈਕ ਹੋਇਆ ਸੀ ਤੇ ਉਸਦੇ ਅਸ਼ੋਕ ਦੀ ਤੇ ਉਸਦੇ ਬੇਟੇ ਦੀ ਡੈਥ ਹੋ ਗਈ ਸੀ ਤੇ ਤਿੰਨ ਉਹਨਾਂ ਦੇ ਫੈਮਿਲੀ ਮੈਂਬਰ ਉਹਦੀ ਵਾਈਫ ਤੇ ਉਹਦਾ ਬੇਟਾ ਤੇ ਉਹਨਾਂ ਦੀ ਮਦਦ ਜਿਹੜੇ ਗੰਭੀਰ ਜ਼ਖਮੀ ਹੋ ਗਏ ਸਨ ਜਿਹੜੇ ਹੁਣ ਠੀਕ ਹਨ ਤੇ ਅਸੀਂ ਇਹਦੇ ਬਾਕੀ ਦੋਸ਼ੀਆਂ ਵੀ ਅਸੀਂ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ